ਤਰਨਤਾਰਨ ਦੇ ਨਜ਼ਦੀਕ ਪਿੰਡ ਠੱਠੇ ਵਿਖੇ ਬੀਤੀ ਰਾਤ ਤੇਜ਼ ਹਥਿਆਰਾਂ ਨਾਲ ਲੈਸ 40 ਤੋਂ 50 ਗੁੰਡੇ ਅੰਤਰਾਂ ਵੱਲੋਂ ਘਰ ਵਿੱਚ ਦਾਖਲ ਹੋ ਕੇ ਤੋੜਭੰਨ ਕਰਨ ਅਤੇ ਕੁੱਟਮਾਰ ਕਰਕੇ 2 ਵਿਅਕਤੀਆਂ ਨੂੰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਅਤੇ ਨੌਜਵਾਨ ਦੀ ਇਸ ਗੁੰਡਾਗਰਦੀ ਕਾਰਨ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਫੈਲ ਗਿਆ ਹੈ, ਜਦਕਿ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਇਸ ਸੰਬੰਧ ਦੋਸ਼ ਲਗਾਉਂਦਿਆਂ ਪੀੜਿਤ ਮਨਜੀਤ ਸਿੰਘ ਵਾਸੀ ਪਿੰਡ ਠੱਠਾ ਨੇ ਦੱਸਿਆ ਕਿ ਉਹ ਫੈਕਟਰੀ ਵਿੱਚ ਕੰਮ ਕਰਦਾ ਹੈ ਅਤੇ ਉਸਦੇ ਹੀ ਪਿੰਡ ਦੇ 2 ਨੌਜਵਾਨ ਲਵ ਅਤੇ ਦੀਪੂ ਜੋ ਕਿ ਉਸਦੇ ਗੁਆਂਢੀ ਹਨ ਅਤੇ ਦੋਵੇਂ ਹੀ ਉਸ ਨਾਲ ਫੈਕਟਰੀ ਵਿੱਚ ਕੰਮ ਕਰਦੇ ਹਨ ਅਤੇ ਬੀਤੇ ਕੁਝ ਦਿਨ ਪਹਿਲਾਂ ਦੋਨੇ ਨੌਜਵਾਨ ਫੈਕਟਰੀ ਵਿੱਚ ਹੀ ਕਿਸੇ ਗੱਲ ਤੋਂ ਝਗੜ ਪਏ ਜਿਸ ਤੇ ਉਸ ਵੱਲੋਂ ਉਹਨਾਂ ਨੂੰ ਝਗੜਾ ਕਰਨ ਤੋਂ ਰੋਕਿਆ ਗਿਆ। ਉਸ ਵਿੱਚ ਆਏ ਨੌਜਵਾਨ ਦੀਪੂ ਅਤੇ ਲਵ ਨੇ ਉਸ ਨਾਲ ਵੀ ਗਾਲੀ ਗਲੋਚ ਕੀਤਾ ਅਤੇ ਬੀਤੇ ਕੁਝ ਦਿਨ ਪਹਿਲੇ ਉਸਦੇ ਘਰ ਵਿੱਚ ਆ ਕੇ ਅੱਗ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਜਿਸ ਕਾਰਨ ਉਹ ਪੂਰਾ ਪਰਿਵਾਰ ਬਾਲ ਬਾਲ ਬਚੇ ਹਨ। ਸਰ ਜੀ, ਪਹਿਲਾਂ ਇਹਨਾਂ ਨੇ, ਮੈਂ ਮੈਗਫੂਡ ਕੰਪਨੀ 'ਚ ਕੰਮ ਕਰਦਾ ਵਾਂ, ਉੱਥੇ ਇਹਨਾਂ ਨੇ ਇੱਕ ਭਈਆ ਕੁੱਟਿਆ ਅਤੇ ਉਦੋਂ ਦੇ ਮੇਰੇ ਨਾਲ ਲੱਗਦੇ ਆ ਵੀ ਤੁਸੀਂ ਸਾਡਾ ਨਾਲ ਖਾਇਆ ਗਾ। ਉਦੋਂ ਉਹ ਤੋਂ ਬਾਅਦ ਵਿੱਚ ਇਹਨਾਂ 2 ਵਾਰਾਂ ਸਾਡੇ ਘਰ ਅੱਗ ਵੀ ਲਾਈ ਆ ਜੀ ਇਹਨਾਂ ਨੇ ਆ ਕੇ ਘਰ, ਅਤੇ ਬਾਅਦ ਵਿੱਚ ਕੱਲ੍ਹ ਇਹਨਾਂ ਨੇ 2 ਵਾਰੀ ਆ ਕੇ ਹਮਲਾ ਕੀਤਾ ਘਰ, ਸਾਡੇ ਘਰ ਵਿੱਚ ਆ ਕੇ 30-40 ਬੰਦੇ ਆ ਗਏ ਅਤੇ ਸੱਟਾਂ ਲਾ ਕੇ ਚਲ ਗਏ ਜੀ। ਇੱਕ ਹੈਗਾ ਦੀਪੂ ਹੈਗਾ ਜੀ, ਇੱਕ ਮੁੰਡਾ ਮਰ ਗਿਆ ਉਹਦਾ ਸਾਲਾ ਹੈਗਾ ਜੀ, ਅਤੇ ਇੱਕ ਲਵਪ੍ਰੀਤ ਹੈਗਾ, ਲਵ ਸਾਡੇ ਪਿੰਡ ਦਾ ਠੱਠੇ ਦਾ ਹੋਈ, ਅਤੇ ਬਾਕੀ ਮੁੰਡੇ ਲਾਂਭਦੇ ਆ। ਕਿੰਨੇ ਗਏ? 40 ਮੁੰਡੇ ਜੀ। ਅਤੇ ਕਿੰਨੇ ਜਣੇ ਫੜੇ ਗਏ? ਸਾਡੇ ਤੋਂ ਇੱਕ ਮੁੰਡਾ ਫੜਿਆ ਗਿਆ, ਉਹ ਹੈਗਾ ਜੀ ਥਾਣੇ, ਹਥਿਆਰ ਇਹਨਾਂ ਕੋਲ ਦਾਤਰ ਕਿਰਪਾਨਾਂ ਅਤੇ 2 ਪਿਸਟਲ ਜੀ ਇਹਨਾਂ ਕੋਲ। ਇੱਕ ਲਵ, ਇੱਕ ਦੀਪੂ, ਉਹਦੇ ਨਾਲ ਹੋਰ ਵੀ ਕਾਫੀ ਮੁੰਡੇ ਸੀ। ਗੱਲਬਾਤ ਇਹ ਆ ਕਿ ਜਿਸ ਦਿਨ ਲੜਾਈ ਹੋਈ ਆ ਸ਼ਾਮੀ, ਉਸ ਟਾਈਮ ਅਸੀਂ ਉਹਨੂੰ ਰੋਕਿਆ ਸੀ ਵੀ ਬੱਚੇ ਗਲੀ ਦੇ ਵਿੱਚ ਖੇਡ ਰਹੇ ਸੀ ਵੀ ਮੋਟਰਸਾਈਕਲ ਹੌਲੀ ਲੈ ਕੇ ਜਾ, ਅਤੇ ਉਦੋਂ ਬਾਅਦ ਵਿੱਚ ਉਹਨਾਂ ਨੇ ਅੱਧੇ ਘੰਟੇ ਬਾਅਦ ਫਿਰ ਮੁੰਡੇ ਲੈ ਕੇ ਆਣ ਕੇ ਅਤੇ ਗੱਲ ਪੈ ਗਈ। ਰਾਤ ਇਹਨਾਂ ਨੇ ਕੁਲਵੰਤ ਸਿੰਘ ਜਿਹੜਾ ਜ਼ਖਮੀ ਹਾਲਤ 'ਚ ਆਇਆ, ਇਹਨੇ ਕਿਹਾ ਵੀ ਮੇਰੇ ਘਰ ਬੰਦੇ ਪੈ ਗਏ ਆਣ ਕੇ, ਕੋਈ ਗਹਿਰੀ ਦੇ ਦੱਸੇ ਜੰਡਿਆਲੇ ਲਾਗੋਂ ਆਏ, ਸਾਡੇ ਗੁਆਂਢੀ ਆ ਇੱਕ ਲਵ ਅਤੇ ਇੱਕ ਦੀਪੂ ਆ ਜਿਨ੍ਹਾਂ ਨੇ ਸਾਨੂੰ ਬੰਦੇ ਪਵਾਏ ਆਣ ਕੇ, ਆਪ ਤੋਂ ਦੌੜ ਗਏ ਸੀਗੇ ਅਤੇ ਇਹਨਾਂ ਨੂੰ ਰਾਤ ਹੀ ਡਾਕਟਰ ਦੇ ਦਿੱਤਾ ਦਾਖਲ ਨੇ, ਇਹਨਾਂ ਦੇ ਜੋ ਬਿਆਨ ਲਿਖਾਉਣਗੇ ਉਹਨਾਂ ਦੇ ਖਿਲਾਫ਼ ਫਰਦਰ ਕਾਰਵਾਈ ਕੀਤੀ ਜਾਵੇ। ਨਹੀਂ ਜੇ ਦੌਰਾਨੀ ਤਫਤੀਸ਼ ਜੋ ਵੀ ਪਤਾ ਲੱਗੇਗਾ ਜ਼ਰੂਰ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇ। ਤਰਨ ਤਾਰਨ ਤੋਂ ਹਰਜਿੰਦਰ ਗੱਬਰ, ਜੀਵੇ ਪੰਜਾਬ ਟੀਵੀ।